और पंजाब कांग्रेस कमेटी प्रभारी आशा कुमारी सभी विधायकों और कार्यकर्ताओं के साथ भाई बाला चौक में इकट्ठा हुए। भाई बाला चौक से लेकर रोड शो करते सांसद बिट्टू मिनी सचिवालय पहुंचे। इस दौरान फिरोजपुर रोड पर करीब एक घंटे तक जाम रहा। नामांकन भरने के बाद सांसद बिट्टू ने कहा कि कांग्रेस को लेकर लोगों में काफी जोश है। आशीर्वाद बुजुर्गों का आशीर्वाद, ये गड्डी च बुजुर्गों का आशीर्वाद है। मैं कह लग्या भी परमात्मा का जिहड़ा सरदार बेअंत सिंह ते आशीर्वाद सी ओ मेरे ते आशीर्वाद इस गड्डी तो ओ आशीर्वाद मेरे ओ तां रोज सवेरे हुंदी आ ओ तां जदों अख खुलदी आ ओ याद आउंदे आ गुरु दे नाल ਉਦੋਂ ਬਾਅਦ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਨਿਕਲਦਾ ਵੀ ਮੇਰੀ ਵੀ ਕਦੇ ਸ਼ਹਾਦਤ ਦੀ ਲੋੜ ਹੋਵੇ ਇਹ ਗੱਡੀ 'ਚ ਤਾਂ ਆਉਂਦੇ ਹਾਂ ਵੀ ਜੇ ਮੈਨੂੰ ਵੀ ਕਦੇ ਜਾਨ ਦੇਣੀ ਪਵੇ ਲੁਧਿਆਣੇ ਲਈ ਪੰਜਾਬ ਲਈ ਟੁਕੜੇ ਟੁਕੜੇ ਕਰਾਉਣ ਪੈਣ ਤਾਂ ਪਿੱਛੇ ਨਹੀਂ ਹਟਾਂਗੇ। ਸਰਦਾਰ ਬੇਅੰਤ ਸਿੰਘ ਦੀ ਗੱਡੀ ਦਾ ਆਸ਼ੀਰਵਾਦ ਆ, ਉਹਨਾਂ ਦੀ ਉਹਨਾਂ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਆ। ਅੱਜ ਰਵਨੀਤ ਸਿੰਘ ਬਿੱਟੂ ਜੀ ਨੇ ਨੋਮੀਨੇਸ਼ਨ ਫਾਈਲ ਕਰਨੇ ਸੀ, ਬਹੁਤ ਵੱਡੀ ਗਿਣਤੀ 'ਚ ਲੋਕ ਸਭਾ ਲੁਧਿਆਣਾ ਤੇ ਹੋਰ ਆਲੇ ਦੁਆਲੇ ਵੀ ਜਿੰਨੇ ਹਲਕੇ ਆ ਜਿਹੜੇ ਲੋਕ ਸਰਦਾਰ ਬੇਅੰਤ ਸਿੰਘ ਨੂੰ ਰਵਨੀਤ ਸਿੰਘ ਬਿੱਟੂ ਜੀ ਨੂੰ ਪਿਆਰ ਕਰਦੇ ਨੇ ਬਹੁਤ ਵੱਡੀ ਤਾਦਾਦ 'ਚ ਆਪਣਾ ਕੰਮ ਛੱਡ ਕੇ, ਕਿਉਂਕਿ ਤੁਹਾਨੂੰ ਪਤਾ ਹਾੜੀ ਦਾ ਟਾਈਮ ਚੱਲਦਾ, ਲੋਕ ਕਣਕ ਵੱਢ ਰਹੇ ਆ, ਆਪਦਾ ਕੰਮ ਛੱਡ ਕੇ ਕਿਸਾਨ ਹੋਰ ਸਾਰੇ ਹੀ ਲੋਕ ਵੱਡੀ ਗਿਣਤੀ 'ਚ, ਯੂਥ ਕਾਂਗਰਸ ਵਾਲੇ ਵੱਡੀ ਗਿਣਤੀ 'ਚ ਇੰਨਾ ਜ਼ਿਆਦਾ ਉਤਸ਼ਾਹ ਕਿ ਰਵਨੀਤ ਸਿੰਘ ਬਿੱਟੂ ਜੀ ਨਾਲ ਇੱਥੇ ਨੋਮੀਨੇਸ਼ਨ ਫਾਈਲ ਕਰਨ ਆ ਰਹੇ ਆ। ਤੁਸੀਂ ਇਹ ਠਾਠਾ ਮਾਰਦਾ ਇਕੱਠ ਦੇਖ ਹੀ ਰਹੇ ਹੋ ਵੀ ਲੋਕਾਂ 'ਚ ਇੰਨਾ ਕਫਸਾ ਵੀ ਸਾਡਾ ਨੇਤਾ ਰਵਨੀਤ ਬਿੱਟੂ ਕਦੋਂ ਆਵੇ ਤੇ ਕਦੋਂ ਅਸੀਂ ਲੈ ਕੇ ਉਹਨੂੰ ਕਾਗਜ਼ ਭਰਾਉਣ ਜਾਈਏ ਔਰ ਕਦੋਂ ਉਹਦੀ ਜਿੱਤ ਦੇ ਲੱਡੂ ਵੰਡੀਏ। ਇਦੂ ਬਾਰੇ ਹੁਣ ਕੁਛ ਨਹੀਂ ਹੈ, ਆਹ ਤੁਸੀਂ ਸਾਰਾ ਕੁਝ ਦੇਖ ਰਹੇ ਹੋ, ਕਹਿਣ ਦੀ ਲੋੜ ਨਹੀਂ ਹੈ। ਲੋਕਾਂ 'ਚ ਇੰਨਾ ਜ਼ਿਆਦਾ ਜਜ਼ਬਾ, ਪਿਛਲੀ ਇਲੈਕਸ਼ਨ ਤੋਂ ਵੀ 2 ਗੁਣਾ ਜ਼ਿਆਦਾ ਜਜ਼ਬਾ ਹੈ। ਇਹ 'ਚ ਪਰਿਵਾਰ ਲਈ ਲੋਕਾਂ ਨੂੰ ਕੋਈ ਹਾੜੀ ਦਾ ਮਤਲਬ ਨਹੀਂ। ਸਰ ਬੇਅੰਤ ਸਿੰਘ ਸ਼ਹੀਦ ਆਜ਼ਮ ਦੇ ਪੋਤਾ ਇਲੈਕਸ਼ਨ ਲੜ ਰਿਹਾ, ਤੁਹਾਨੂੰ ਪਤਾ ਹੀ ਆ। ਇਹ ਪਰਿਵਾਰ ਨੇ ਇਹ ਜਿਹੜੀਆਂ ਕੁਰਬਾਨੀਆਂ, ਇਹ ਪਰਿਵਾਰ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਇਹ ਸਭ ਤੋਂ ਵੱਡੀ ਜਿੱਤ ਹੋਊਗੀ, ਇਤਿਹਾਸਕ ਜਿੱਤ ਹੋਣੀ ਹੈ ਰਵਨੀਤ ਸਿੰਘ ਬਿੱਟੂ ਦੀ। ਅਸੀਂ 150 ਟਰੈਕਟਰ ਲੈ ਕੇ ਆਏ ਹਾਂ ਗਿੱਲ ਹਲਕੇ 'ਚੋਂ। ਅੱਜ ਰਵਨੀਤ ਸਿੰਘ ਬਿੱਟੂ ਜੀ ਦੀ ਜਿਹੜਾ ਅੱਜ ਨੋਮੀਨੇਸ਼ਨ ਸੀ ਉਸ ਦੇ ਵਿੱਚ ਮੈਡਮ ਆਸ਼ਾ ਕੁਮਾਰੀ ਜੀ ਦੀ ਅਗਵਾਈ ਦੇ ਵਿੱਚ ਸਮੁੱਚਾ ਵਰਕਰ ਅਹੁਦੇਦਾਰ ਲੁਧਿਆਣਾ ਸ਼ਹਿਰ ਦਾ, ਦਿਹਾਤੀ ਅਤੇ ਸ਼ਹਿਰੀ ਦਾ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਸੀ, ਜਿਸ ਦੇ ਨਾਲ ਵਿਰੋਧੀਆਂ ਦੀ ਨੀਂਦ ਜੋ ਪਹਿਲਾਂ ਹਰਾਮ ਹੋਈ ਸੀ, ਮੈਂ ਨਹੀਂ ਸਮਝਦਾ ਵੀ ਅੱਜ ਕਿਸੇ ਵਿਰੋਧੀ ਨੂੰ ਨੀਂਦ ਆਊਗੀ। ਇੱਕ ਜੋ ਇਹ ਗੱਲ ਮੈਸੇਜ ਦੇ ਰਿਹਾ ਸੀ ਇੱਕ ਪਾਰਟੀ ਦਾ ਅਹੁਦੇਦਾਰ ਜਾਂ ਸਾਡਾ ਕੰਪੀਟੀਟਰ, ਅਸੀਂ ਨਹੀਂ ਮੰਨਦੇ ਉਹਨੂੰ, ਉਹ ਕਹਿ ਰਿਹਾ ਸੀ ਵੀ ਮੇਰਾ ਪਿੰਡਾਂ ਜ਼ੋਰ ਆ ਬਿੱਟੂ ਦਾ ਜ਼ੋਰ ਨਹੀਂ। ਅੱਜ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਕਿਸਾਨਾਂ ਨੇ ਲਿਆ ਕੇ ਸਾਬਤ ਕਰ ਦਿੱਤਾ ਕਿ ਬਿੱਟੂ ਕਿਸਾਨ ਦਾ ਪੁੱਤ ਹੈ, ਸਾਡਾ ਉਹ ਬੇਟਾ ਹੈ, ਸਾਡਾ ਭਰਾ ਹੈ ਸਾਡਾ। ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦਾ ਪਿਆਰ, ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦਾ ਸਤਿਕਾਰ, ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਕੰਮ, ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਪਰਿਵਾਰ ਦੀ ਸ਼ਹਾਦਤ, ਉਹਦੇ ਬਦਲੇ ਅੱਜ ਲੋਕ ਜਿਹੜੇ ਆ ਉਹਦਾ ਮੁਆਵਜ਼ਾ ਦੇਣ ਵਾਸਤੇ ਆਏ ਨੇ ਲੋਕਾਂ ਦੇ ਵਿੱਚ। 19 ਤਰੀਕ ਦੀ ਇੰਤਜ਼ਾਰ ਹੈ ਕਿ 19 ਤਰੀਕ ਵਾਲਾ ਦਿਨ ਵੋਟਾਂ ਦਾ ਆਵੇ ਅਤੇ ਇੱਕ ਇੱਕ ਮੋਹਰ ਜਿਹੜੀ ਆ ਉਹ 5 ਦੇ ਨਿਸ਼ਾਨ ਲਾ ਕੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਲੋਕ ਸਭਾ ਦੇ ਵਿੱਚ 3ਵਾਰੀ ਭੇਜੀਏ। ਮੇਰੇ ਹਲਕੇ 'ਚੋਂ 200 ਮੋਟਰਸਾਈਕਲ ਆਇਆ, ਮੈਂ 7 ਨੰਬਰ ਵਾਰਡ 'ਚ ਰਹਿੰਦਾ ਜੀ। ਬਿੱਟੂ ਜੀ ਦੀ ਜਿਹੜੀ ਹੁਲਾਰਾ ਹੈ ਨਾ, ਇਹ ਤਾਂ ਪੂਰੇ ਪੰਜਾਬ 'ਚੋਂ ਲੀਡ ਆਊਂਗੀ, ਇਹ ਥੋੜ੍ਹੀ ਬਹੁਤੀ ਗੱਲ ਨਹੀਂ ਹੈਗੀ। ਅੱਜ ਜੋ ਤੁਸੀਂ ਦੇਖ ਰਹੇ ਹੋ, ਇਕੱਲਾ ਇਕੱਲਾ ਵਰਕਰ ਆਪਣੇ ਨਾਲ ਦੀ 20-30 ਬੰਦੇ ਲੈ ਕੇ ਆਇਆ, ਅਤੇ ਵਰਕਰ ਕਿੰਨਾ? ਬਿੱਟੂ ਸਾਹਿਬ ਦੀ ਜਿਹੜੀ ਲੀਡ ਇੱਥੋਂ ਤਕਰੀਬਨ 1.5 ਲੱਖ ਤੋਂ ਉੱਪਰ ਜਾਏਗੀ।